ਸਾਉਣ ਦਾ ਮਹੀਨਾ। ਇਸ ਮਹੀਨੇ ਦੇ ਵਿੱਚ ਤੀਆਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਤਸਵੀਰਾਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਤੇ, ਜਿੱਥੇ ਗੁਰੂ ਗੋਬਿੰਦ ਸਿੰਘ ਪਾਰਕ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਆਈਆਂ ਲੜਕੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦੇ ਵਿੱਚ ਲੜਕੀਆਂ ਦੇ ਵੱਲੋਂ ਬੋਲੀਆਂ ਪਾ ਕੇ ਗਿੱਧਾ ਪਾਇਆ ਗਿਆ। ਇਸ ਮੌਕੇ ਵਾਰਡ ਨੰਬਰ 5 ਦੇ MC ਇੰਦਰਜੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰੋਗਰਾਮ ਮੁਕਤਸਰ ਦੇ MLA ਦੇ ਸੰਯੋਗ ਦੇ ਨਾਲ ਕਰਵਾਇਆ ਗਿਆ ਹੈ। ਇੰਦਰਜੀਤ ਕੌਰ ਨੇ ਕਿਹਾ ਹੈ ਕਿ ਇਹ ਅੱਜ ਦੇ ਸਮੇਂ ਇਹ ਸੱਭਿਆਚਾਰ ਅੱਜ ਦੀ ਨੌਜਵਾਨੀ ਭੁੱਲਦੀ ਜਾਂਦੀ ਪਈ ਹੈ। ਪਹਿਲਾਂ ਵਾਲੇ ਸਮੇਂ ਦੇ ਵਿੱਚ ਜਦ ਕੁੜੀਆਂ ਵਿਆਹੀਆਂ ਜਾਂਦੀਆਂ ਸਨ ਤਾਂ ਸਾਉਣ ਮਹੀਨੇ ਦੇ ਆਪਣੇ ਘਰ ਵਾਪਸ ਆਉਂਦੀਆਂ ਸਨ ਅਤੇ ਉਸ ਵੇਲੇ ਸਹੇਲੀਆਂ ਦੇ ਨਾਲ ਰਲ ਕੇ ਤੀਆਂ ਦਾ ਤਿਉਹਾਰ ਮਨਾਉਂਦੀਆਂ ਸਨ। ਅੱਜ ਜਿਹੜਾ ਵੀ ਪ੍ਰੋਗਰਾਮ ਕਰਾਇਆ ਰਿਹਾ, ਇਹ ਇੱਕ ਸੱਭਿਆਚਾਰ ਨੂੰ ਦੁਬਾਰਾ ਲਿਆਉਣ ਵਾਸਤੇ ਮੇਰਾ ਆਪਦਾ ਹੁਨਰ ਸੀ, ਆਪਦੀ ਮੇਰੀ ਸੋਚ ਸੀ ਕਿ ਜਿਹੜਾ ਇਹ ਸੱਭਿਆਚਾਰ ਪ੍ਰੋਗਰਾਮ ਅਲੋਪ ਹੁੰਦੇ ਜਾ ਰਹੇ ਨੇ, ਤਾਂ ਮੈਂ ਉਹਨਾਂ ਲਈ ਇੱਕ ਬੱਚਿਆਂ ਨੂੰ, ਆਪਣੇ ਨੌਜਵਾਨ ਕੁੜੀਆਂ ਨੂੰ, ਮੁੰਡਿਆਂ ਨੂੰ ਇਹੀ ਸੁਨੇਹਾ ਦੇਣ ਦੇ ਲਈ ਇਹ ਮੈਂ ਤੀਆਂ ਦਾ ਜੋ ਫੰਕਸ਼ਨ ਆ ਇਹ ਮੈਂ ਕਰਵਾਇਆ। ਕਿਉਂਕਿ ਅੱਜ ਕੱਲ ਬੱਚੇ ਪੜ੍ਹਦੇ ਮਗਰੋਂ ਆ ਤੇ ਬਾਹਰ ਪਹਿਲਾਂ ਚਲੇ ਜਾਣ ਲੱਗ ਗਏ, ਕਿਉਂਕਿ ਉਹਦੇ ਨਾਲ ਜਿਹੜੇ ਆ ਹੁਣ ਦੀ ਪੀੜ੍ਹੀ ਆ ਪੜ੍ਹਦੇ ਆ ਚਲੇ ਜਾਂਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਵੀ ਸਾਡੇ ਬਜ਼ੁਰਗ ਜਿਹੜੇ ਆਪਣੇ ਦਾਦੇ ਪੜਦਾਦੇ ਜਾਂ ਨਾਨੇ ਨਾਨੀਆਂ ਸੀ ਉਹ ਕਿਹੜੇ ਤਿਉਹਾਰ ਮਨਾਉਂਦੇ ਸੀ, ਕਿਵੇਂ ਮਨਾਉਂਦੇ ਸੀ, ਉਹਨਾਂ ਨੂੰ ਕੁਛ ਨਹੀਂ ਪਤਾ। ਇਹ ਆਪਣਾ ਵੀ ਕਸੂਰ ਹੈ ਵੀ ਆਪਾਂ ਬੱਚਿਆਂ ਨੂੰ ਕੁਛ ਦੱਸ ਨਹੀਂ ਰਹੇ, ਤਾਂ ਇਹ ਜੋ ਪ੍ਰੋਗਰਾਮ ਕਰਾਇਆ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਦੀ ਹਾਂ ਕਿ ਆਪਦੇ ਆਪਦੇ ਬੱਚਿਆਂ ਨੂੰ ਵੀ ਦੱਸੋ ਜ਼ਰੂਰ ਤੀਆਂ ਕੀ ਹੁੰਦੀਆਂ, ਲੋਹੜੀਆਂ ਕੀ ਹੁੰਦੀਆਂ, ਬਾਹਰ ਨਾ ਭੇਜੋ, ਬੱਚਿਆਂ ਨੂੰ ਇੱਥੇ ਰੱਖੋ, ਤਿਉਹਾਰਾਂ ਨੂੰ ਮਨਾਓ, ਆਪਾਂ ਮੁੜ ਸੱਭਿਆਚਾਰ ਜੋ ਆਪਣੇ ਰੀਤੀ ਰਿਵਾਜ ਆਪਾਂ ਬੱਚਿਆਂ ਨੂੰ ਦੱਸੀਏ। ਪਹਿਲਾਂ ਤਾਂ ਦੇਖੋ ਜੀ ਜਦੋਂ ਤੀਆਂ ਮਨਾਉਂਦੇ ਸੀ ਕੁੜੀਆਂ ਜਦੋਂ ਵਿਆਹੀਆਂ ਜਾਂਦੀਆਂ ਸੀ ਜਿਹੜਾ ਸਾਰਾ ਸੌਣ ਉਹ ਆਪਦੇ ਪੇਕਿਆਂ ਦੇ ਘਰੇ ਰਹਿੰਦੀਆਂ ਸੀ, ਪੇਕਿਆਂ ਦੇ ਜਾਂਦੀਆਂ ਕੁੜੀਆਂ ਸਹੇਲੀਆਂ ਇਕੱਠੀਆਂ ਹੁੰਦੀਆਂ ਉੱਥੇ ਤੀਆਂ ਲਾਉਂਦੀਆਂ, ਤੇ ਪਰ ਹੁਣ ਕੀ ਆ ਅੱਜ ਕੱਲ੍ਹ ਥੋੜ੍ਹਾ ਜ਼ਿਆਦਾ ਰਿਵਾਜ਼ ਬਣ ਗਿਆ ਕਿ ਹੋਟਲਾਂ 'ਚ ਲਾਉਣ ਲੱਗ ਗਏ। ਜੀ ਸਭ ਦਾ ਕਰਦਾ ਹੁੰਦਾ ਕਿ ਤੀਆਂ ਦੇਖੀਏ ਤਿਉਹਾਰ ਦੇਖੀਏ, ਪਰ ਆਪਣੇ ਜੋ ਸਰਕਾਰਾਂ ਨੇ ਲਾ ਲਓ ਜਾਂ ਕੋਈ ਆਪਣੇ, ਇੰਨਾ ਨਸ਼ਾ ਵੱਧ ਗਿਆ, ਇੰਨੀ ਮਹਿੰਗਾਈ ਵੱਧ ਗਈ ਕਿ ਕੋਈ ਹਰ ਕੋਈ ਆਪਦਾ ਜੋ ਵੀ ਹੋਟਲਾਂ ਦੇ ਵਿੱਚ ਆਪਦੀ ਫੀਸ ਨਹੀਂ ਭਰ ਸਕਦਾ, ਇਸੇ ਕਰਕੇ ਜਿਹੜੀਆਂ ਤੀਆਂ ਹਮੇਸ਼ਾ ਖੁੱਲ੍ਹੇ ਦਾਰੇ 'ਚ ਹੀ ਲਾਈਆਂ ਜਾਂਦੀਆਂ, ਤਾਂ ਇਹੀ ਤੀਆਂ ਵੈਸੇ ਤਾਂ ਇਹੀ ਤੀਆਂ ਮੰਨੀਆਂ ਜਾਂਦੀਆਂ। ਵੈਸੇ ਤਾਂ ਇਹ ਜੋ ਤੀਆਂ ਦਾ ਇਹ ਮੇਰੀ ਆਪਦੀ ਸੋਚ ਸੀਗੀ, ਮੈਂ ਇੰਦਰਜੀਤ ਕੌਰ MC ਵਾਰਡ ਨੰਬਰ 5 ਤੋਂ, ਜੱਗਾ ਜੀ ਜਗਮੀਤ ਸਿੰਘ ਜੱਗਾ ਜੀ ਇਨਸਾਫ ਟੀਮ ਦੇ ਪ੍ਰਧਾਨ ਨੇ, ਬਾਕੀ ਮੇਰੀ ਸਪੋਰਟ ਜਗਦੀਪ ਸਿੰਘ ਕਾਕਾ ਬਰਾੜ ਆਪਣੇ ਜੋ MLA ਨੇ ਉਹਨਾਂ ਨੇ ਕੀਤੀ ਹੈ।